राणा रणबीर पंजाबी फिल्म इंडस्ट्री विच शानदार कॉमेडियन अतै फिल्म लेखक वजो जाने जांदे ने। उत्थे उन्होंने बतौर लेखक भी अरदास करा ते असीस वर्गियां फिल्मां इंडस्ट्री नूं दित्तियां ने। लंबे समय तो कनेडा विच पीआर ने अते उत्थे भी नाटकां दा आयोजन करदे रहिंदे ने। ओह इक चंगे प्रेरक बुलारे वजो भी जाने जांदे ने अते ओह अक्सर ही अपने सोशल मीडिया अकाउंट राहीं काफी महत्वपूर्ण गल्लां सांझियां करदे रहिंदे ने। बीते दिन उन्होंने एक वीडियो सांझी कीती है जिस विच ओह शराब पीण वालियां दी असल कदर बारे दस रहे ने अते नाल ही ओह भी कह रहे ने कि कलाकारां नालों शराबियां दी इज्जत ज्यादा हुंदी है। इस व्यंगमय वीडियो विच राणा रणबीर होर की कह रहे ने तुसीं भी वेखो जरा वीडियो। सत श्री अकाल जी, अज मैनू एक सवाल आया बंदा काफी दिन का मगर पाया है। उन्हें मैनू पुछया कहना भी बाई जी तुसी शराब पीने हो, मतलब भी शराब भी जे होर नशा नहीं कोई करदे भी शराब जे नशे नांगू भी नहीं तो किन्नी क पीने हो। पता नहीं मैनू समझ नहीं आई भी क्यों पुछया। मैं चलो मैं वीडियो पाऊंगा भी तुसी ओह वीडियो सुन लियो भी थोनू भी जवाब मिल जूगा बाकी सारा भी मिल जूगा शराब पीण बारे। मैनू मैं ही कहना चाहुंदा उन्हां दे राही सारयां नूं वी बहुत अफसोस है मैनू कि मैं भी जिन्नी शराब पीनी चाहीदी है उन्नी पींदा नहीं पी नहीं सकिया जां उन्नी पी हुंदी नहीं है ना। ते मतलब मैनू लगदा रहिंदा रड़कदी रहिंदी है गल भी जिस हिसाब दे नाल पीनी चाहीदी है जिन्नी पीनी चाहीदी है। और शराबी दी जिहड़ी कदर है ना ਉਹ ਕਮਾਲ ਹੈ। ਮੈਂ ਵੇਖਿਆ ਬਹੁਤ ਜ਼ਿਆਦਾ ਵਿਆਹ ਸ਼ਾਦੀਆਂ ਦੇ ਵਿੱਚ ਜਿਵੇਂ ਅਸੀਂ ਚਲੋ ਸਾਨੂੰ ਜਾਣਦੇ ਨੇ ਸਕਰੀਨ ਤੇ ਨਾ ਆਉਣ ਕਰਕੇ ਨਾ ਜਾਂ ਕਹਿੰਦੇ ਵੀ ਨਾ ਬਣ ਗਿਆ ਜਾਂ ਵੀ ਬੰਦੇ ਨੂੰ ਚਿਹਰੇ ਨੂੰ ਪਬਲਿਕਲੀ ਪਹਿਚਾਣਦੇ ਨੇ ਵੀ ਇਹ ਪਬਲਿਕ ਫਿਗਰ ਹੈ ਜੀ ਹੋਰ ਹੈ ਬਥੇਰੇ ਨਾਂ ਦਿੱਤੇ ਜਾਂਦੇ ਨੇ। ਚਲੋ ਇੱਕ ਅਲੱਗ ਗੱਲ ਹੈ ਵੀ ਉਹ ਉਸੇ ਹਿਸਾਬ ਨਾਲ ਵੀ ਕਲਾਕਾਰ ਦੇ ਤੌਰ ਤੇ ਉਨੀ ਕਦੇ ਇੱਜ਼ਤ ਨਹੀਂ ਮਿਲਦੀ ਜਿਹੜੀ ਸ਼ਰਾਬੀ ਬੰਦੇ ਨੂੰ ਜਿੰਨੀ ਮਿਲਦੀ ਹੈ। ਜਿਹੜਾ ਸ਼ਰਾਬ ਪੀ ਕੇ ਵਿਆਹ ਦੇ ਵਿੱਚ ਜਿਵੇਂ ਗੰਦ ਪਾਉਣਾ ਲੜਨਾ ਔਰ ਖਰਾਬ ਕਰਨਾ ਮਾਹੌਲ ਨੂੰ ਉਹ ਤੋਂ ਉਹਦੀ ਇੱਕ ਕਦਰ ਪੁੱਛ ਪ੍ਰਤੀਤ ਬਹੁਤ ਜ਼ਿਆਦਾ ਹੁੰਦੀ ਹੈ। ਲੋਕ ਉਹ ਡਰਦੇ ਨੇ ਵੀ ਯਾਰ ਦੇਖ ਉਹਨੇ ਆਉਣਾ ਉਹਦਾ ਖਿਆਲ ਰੱਖਿਓ ਤੁਹਾਡਾ ਫੁੱਫੜ ਜ਼ਿਆਦਾ ਪੀਂਦਾ ਤੁਹਾਡਾ ਮਾਸੜ ਤੰਗ ਕਰੂਗਾ ਹੈ ਨਾ ਮਾਸੜ ਦਾ ਪਹਿਲਾਂ ਉਹਨੂੰ ਵੜਿਆ ਕੇ ਜੇ ਰੱਖਿਓ। ਮਾਸੜ ਦੇ ਆਸੇ ਪਾਸੇ ਚਾਰ ਪੰਜ ਬੰਦੇ ਰਹਿੰਦੇ ਨੇ ਹੈ ਨਾ ਉਹਦੇ ਜੀਜੇ ਦੇ ਉਹਦੇ ਸਾਲੇ ਫੁੱਫੜ ਦੇ ਆਸੇ ਪਾਸੇ ਸਭ ਮਤਲਬ ਉਹਨੂੰ ਖੁਸ਼ ਕਰਨ ਦੇ ਵਿੱਚ ਕਿਹੜੀ ਪੀਓਗੇ ਜੀ ਹੈਂ ਪਹਿਲਾਂ ਬੀਅਰ ਤੋਂ ਸ਼ੁਰੂ ਕਰੋਗੇ ਫਿਰ ਕਿਹੜੀ ਵਿਸਕੀ ਜਾਂ ਸਕੌਚ ਲਵੋਗੇ ਫਿਰ ਡਰ ਰਹਿੰਦਾ ਅੰਦਰ ਕਿਤੇ ਬੋਲ ਨਾ ਪਵੇ। ਉਵੇਂ ਜਿੰਨਾ ਮਰਜ਼ੀ ਚੰਗਾ ਜਿਹਾ ਬਣੇ ਜਾਈਏ ਲੋਕ ਉਨੀ ਪੁੱਛ ਪ੍ਰਤੀਤ ਨਹੀਂ ਵੀ ਚਾਰ ਪੰਜ ਬੰਦੇ ਨਾਲ ਜੇ ਰਹਿਣ ਵੀ ਹੋਰ ਭਾਅ ਜੀ ਸਕੰਜੀ ਵੀ ਪੀਓਗੇ ਗੁਲਾਬ ਜਾਮਨ ਲੈ ਕੇ ਆਵਾਂ ਜਾਂ ਤੁਹਾਨੂੰ ਮਤਲਬ ਕਿਹੜਾ ਤੁਸੀਂ ਡਰਿੰਕ ਪੀਓਗੇ ਕੋਲਡ ਡਰਿੰਕ ਕਿਹੜਾ ਲੈ ਕੇ ਆਈਏ ਜਾਂ ਤੁਹਾਨੂੰ ਜਲ ਜੀਰਾ ਲਿਆ ਦਈਏ। ਜਲ ਜੀਰੇ ਵਾਲੇ ਦੀ ਉਨੀ ਪੁੱਛ ਪ੍ਰਤੀਤ ਨਹੀਂ ਹੁੰਦੀ ਜਿੰਨੀ ਸ਼ਰਾਬ ਵਾਲੇ ਦੀ ਹੁੰਦੀ ਹੈ। ਸੋ ਉਸ ਬੰਦੇ ਦੀ ਗੱਲ ਠੀਕ ਹੈ ਵੀ ਸ਼ਰਾਬ ਕਿੰਨੀ ਕੁ ਪੀਂਦੇ ਹੁਣ ਜਾਂ ਪੀਂਦੇ ਹੀ ਕਦੇ ਕਦਾਈ ਪੀਣੀ ਉਹ ਕਿਹੜੀ ਪੀਣੀ ਆ ਤੇ ਕਦੇ ਕਦਾਈ ਪੀਣ ਵਾਲੇ ਨੂੰ ਵੀ ਨਹੀਂ ਬਾਹਲੀ ਕਦਰ ਜੀ ਕਰਦੇ ਲੋਕ ਭਾਜੀ ਦਾ ਕਦੇ ਕਦੇ ਪੀਂਦੇ ਨੇ ਇਹ ਤਾਂ ਪੀਂਦੇ ਨਹੀਂ ਕਈ ਵਾਰੀ ਬੰਦਾ ਇਗਨੋਰ ਹੀ ਕਰ ਜਾਂਦਾ। ਜਿਹੜਾ ਬੰਦਾ ਪੀਂਦਾ ਉਹਨੂੰ ਕਹਿੰਦਾ ਉਹ ਫਲਾਨਾ ਆਇਆ ਯਾਰ ਉਹਦੇ ਲਈ ਖੋਲ ਕੇ ਰੱਖਿਓ ਹੈ ਨਾ ਸਵੇਰੇ ਹੀ ਮਤਲਬ ਬੰਦੇ ਨੂੰ ਫਿਕਰ ਲਾ ਜਾਂਦਾ ਫਲਾਨੇ ਨੇ ਆਉਣਾ ਯਾਰ ਉਹ ਤਾਂ ਬੋਤਲ ਤਾਂ ਪੀ ਜਾਂਦਾ ਬਈ ਤੇ ਉਹਦਾ ਖਿਆਲ ਰੱਖਣਾ ਪੈਣਾ ਵੀ ਇੱਕ ਬੋਤਲ ਲੜਨੀ ਸਰ ਨਾ ਬੋਤਲ ਤਾਂ ਇਕੱਲਾ ਮਾਸੜ ਹੀ ਪੀ ਜਾਂਦਾ ਹੈ ਨਾ ਬੋਤਲ ਤਾਂ ਇਕੱਲਾ ਤਾਇਆ ਹੀ ਪੀ ਜਾਂਦਾ ਬੋਤਲ ਤਾਂ ਇਕੱਲਾ ਚਾਚਾ ਹੀ ਪੀ ਜਾਂਦਾ। ਵੈਸੇ ਵੀ ਸ਼ਰਾਬ ਪੀਣ ਦੇ ਹੋਰ ਬਹੁਤ ਜ਼ਿਆਦਾ ਫਾਇਦੇ ਨੇ ਬੰਦਾ ਮਤਲਬ ਨੀਂਦ ਬਹੁਤ ਜਲਦੀ ਆ ਜਾਂਦੀ ਆ ਪਤਾ ਹੀ ਨਹੀਂ ਲੱਗਦਾ ਬੰਦਾ ਜਿੱਥੇ ਮਰਜ਼ੀ ਪਿਆ ਰਹੇ ਚਾਹੇ ਗਲੀ 'ਚ ਪਿਆ ਚਾਹੇ ਕਿਤੇ ਗੁਆਂਢ 'ਚ ਕਿਸੇ ਦੇ ਕੋਠੇ 'ਤੇ ਜਾ ਕੇ ਸੌਂ ਗਿਆ ਕਦੋਂ ਪਿਆ ਸੀ ਕਿੱਥੇ ਪਿਆ ਸੀ ਕੋਈ ਚੇਤੇ ਨਹੀਂ ਦੁਨੀਆਂ 'ਤੇ ਜੋ ਮਰਜ਼ੀ ਹੁੰਦਾ ਰਹੇ ਮਤਲਬ ਦੇਖੋ ਕਿੰਨੀ ਬਿਊਟੀ ਆ ਜਾਂਦੀ ਹੈ ਸ਼ਰਾਬੀ ਬੰਦੇ ਦੇ ਵਿੱਚ। ਸੋ ਮੈਂ ਉਸ ਨੂੰ ਰਿਪਲਾਈ ਬੰਦੇ ਨੂੰ ਉੱਦਾਂ ਹੀ ਕਰੂੰਗਾ ਜਿੱਦਾਂ ਦਾਰੂ ਦੂਰੂ ਪੀਣ ਲੱਗਾ ਸ਼ਰਾਬ ਪੀਣ ਲੱਗੇ ਕੱਢ ਕੇ ਨਾ ਜਿੱਦਾਂ ਪੀਣ ਲੱਗ ਗਏ ਦਿਨ ਰਾਤ ਨਾਲੇ ਪੈਸੇ ਧੇਲੇ ਦੀ ਕੋਈ ਚਿੰਤਾ ਨਹੀਂ ਰਹਿੰਦੀ ਜਿੰਨੇ ਕਮਾਏ ਖਰਚ ਦੇ ਹੈ ਨਾ ਬਾਕੀ ਬੱਚਿਆਂ ਦਾ ਕੋਈ ਉਹ ਨਹੀਂ ਫਿਕਰ ਨਹੀਂ ਫਾਕਾ ਨਹੀਂ ਪੜ੍ਹਨ ਨਾ ਪੜ੍ਹਨ ਐਸੀ ਤੈਸੀ ਕਰਾਉਣ ਆਪਣੀ ਉਹਨਾਂ ਨੂੰ ਗਿਫਟ ਲੈ ਕੇ ਦੇਣੇ ਉਹਨਾਂ ਦੇ ਕੱਪੜੇ ਲੀੜੇ ਦਾ ਖਿਆਲ ਰੱਖਣਾ ਸ਼ਰਾਬੀ ਨੇ ਆਪਣੇ ਖਾਧਾ ਪੀਤਾ 400-500 ਦੀ 1000 ਦੀ ਦਿਹਾੜੀ ਪਾਈ ਜਿੰਨੀ ਪਾਈ ਚੱਕ ਕੇ ਆਪਣਾ ਮੁਰਗਾ ਛਕਿਆ ਨਾਲ ਮੱਛੀ ਛਕੀ ਨਾਲ ਜੇ ਨਹੀਂ ਜੇ ਘੱਟ ਦਿਹਾੜੀ ਵੀ ਹੈ 200-300 ਦੀ ਦਿਹਾੜੀ ਹੈ ਤਾਂ 250 ਦੀ ਦਾਰੂ ਪੀਤੀ 50 ਰੁਪਏ ਦਾ ਭੁਜਿਆ ਜਾਂ ਜੇ ਲਿਆ ਘਰੇ ਗਏ ਇਹ ਘਰ ਵਾਲੀ ਨੇ ਕੁਛ ਪੁੱਛਿਆ ਜਵਾਕਾਂ ਨੇ ਸਵਾਲ ਕੀਤਾ ਦੋ ਦੋ ਮਾਰੇ ਚਾਂਟੇ ਲਾ ਕੇ ਸਾਈਡ 'ਤੇ ਕਿ ਬੈਠ ਅਤੇ ਕੌਣ ਉਹਨੇ ਮੈਨੂੰ ਪੁੱਛਣ ਵਾਲੇ। ਸੋ ਸ਼ਰਾਬ ਦੇ ਬੰਦੇ ਦੀ ਚਿੰਤਾ ਨਹੀਂ ਰਹਿੰਦੀ ਸੋਸ਼ਲ ਸਿਸਟਮ ਦੀ ਵੀ ਕੀ ਕਹਿਣਗੇ ਲੋਕ ਕੀ ਨਹੀਂ ਬੱਚੇ ਵਿਆਹੁਣੇ ਨੇ ਪੜ੍ਹਾਉਣੇ ਨੇ ਬੰਦਾ ਦੋ ਪੈਗ ਨਾਲ ਤਾਂ ਰਹਿੰਦੀ ਹੈ ਸੁਰਤ ਜੀ ਬੰਦਾ ਲੋਟ ਵੋਟ ਜਿਹਾ ਹੋ ਕੇ ਪੈ ਜੇ ਉਹਦੀ ਚਿੰਤਾ ਖਤਮ ਹੋ ਜਾਂਦੀ ਹੈ ਨਾਲੇ ਉਮਰ ਘੱਟ ਜਾਂਦੀ ਹੈ ਆਰਾਮ ਨਾਲ ਜਦੋਂ ਮਰਜ਼ੀ ਲੀਵਰ ਲੂਵਰ ਫੇਲ ਹੋ ਗਏ ਜਾਂ ਹੋ ਗਿਆ ਇਹ ਗੱਲ
ਵਿਚਾਰਨ ਦੀਆਂ ਗੱਲਾਂ ਨੇ ਇਹਦੇ ਵਿੱਚ, ਕੋਈ ਤੁਹਾਡੇ ਦਿਮਾਗ ਵਿੱਚ ਆਈਡੀਆ ਹੋਵੇ ਤਾਂ ਦੱਸਿਓ, ਕੋਈ ਆਈਡੀਆ। ਹੂੰ, ਕੀ ਕਹਿ ਰਹੇ ਹੋ? ਮੈਂ ਕਾਲ ਕਰਦਾ ਤੁਹਾਨੂੰ, ਫਿਰ ਦੱਸੋ ਮੈਨੂੰ। ਓਕੇ, ਜਾਂ ਇਨਬੋਕਸ ਕਰ ਲਓ ਮੈਸੇਜ। ਓਕੇ, ਬਾਏ। ਬਿਊਰੋ ਰਿਪੋਰਟ, ਫਿਲਮੀ ਦਾ ਕਾ।